ਅੰਦਰ ਐਸਆਈਟੀ ਮੈਨੂੰ ਇਹ ਕਹਿੰਦੀ ਹੈ ਕਿ ਭਾਈ ਚੀਫ ਮਿਨਿਸਟਰ ਖਿਲਾਫ ਨਾ ਬੋਲੀ, ਕੀ ਇਹ ਤੁਹਾਡਾ ਮੈਂਡੇਟ ਹੈ? ਕੀ ਇਹ ਹੈ ਤੁਹਾਡਾ ਸਵਾਲ 'ਚ ਕਿਹੜਾ ਮਤਲਬ ਕੇਸ 'ਚ ਨਾਲ ਰਿਲੇਟਡ ਆ, ਮੈਂ ਕਿਹਦੇ ਖਿਲਾਫ ਬੋਲਾਂ ਨਾ ਬੋਲਾਂ, ਜਾਂ ਮੇਰਾ ਬਾਪੂ ਲੱਗ ਗਿਆ ਐਸਆਈਟੀ ਦਾ ਹੈਡ? ਮਤਲਬ ਕਮਾਲ ਦੀ ਗੱਲ ਹੈ ਨਾ। ਔਰ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਤੋਂ ਸਿਵਾਏ ਕੁਛ ਨਹੀਂ। ਔਰ ਮੈਂ ਅੱਜ ਵੀ ਤੁਹਾਨੂੰ ਕਹਿੰਦਾ, 11 ਸਾਲ ਬੀਤ ਗਏ ਜੀ, ਇਹ 2013 ਤੋਂ ਸ਼ੁਰੂ ਹੋਇਆ, 2024 ਆ ਗਈ ਆ। ਜੇ ਤਾਂ ਜਿਹੜੇ ਬੰਦਿਆਂ ਨੂੰ ਸੱਦੇ ਇਹਨਾਂ ਦੀ ਪਾਰਟੀ 'ਚ ਚਲੇ ਜਾਣ, ਫਿਰ ਤਾਂ ਉਹ ਵੈਰੀ ਗੁੱਡ ਪਰਸਨ। ਅਤੇ ਜੇ ਉਹ ਮੇਰੇ ਵਾਂਗੂ ਵਿਰੋਧ 'ਚ ਖਲੋਤੇ ਆ, ਇਹਦੀ ਬੇਟੀ ਨਾਲ ਖਲੋ ਜਾਂਦੇ, ਅਸੀਂ ਵੈਰੀ ਬੈਡ ਪਰਸਨ। ਮਗਰ ਮੈਨੂੰ ਕਿਸੇ ਸ਼ਰਾਬੀ ਮੁੱਖ ਮੰਤਰੀ ਤੋਂ ਕਰੈਕਟਰ ਸਰਟੀਫਿਕੇਟ ਦੀ ਲੋੜ ਕੋਈ ਨਹੀਂ। ਮੈਂ ਠੋਕ ਕੇ ਲੜਾਈ ਲੜੂੰ, ਅੱਜ ਵੀ ਲੜ ਰਿਹਾ, ਗਾਂ ਵੀ ਲੜੂੰ, ਸੁਪਰੀਮ ਕੋਰਟ ਛੱਡੋ, ਇੰਟਰਨੈਸ਼ਨਲ ਕੋਰਟ ਚਲੇ ਜਾਈਏ, ਉੱਥੇ ਵੀ ਇਹਦੀ ਚੀਕਾਂ ਕਢਾ ਕੇ। ਜੀ ਸਰ, ਸੀਐਮ ਨੂੰ ਚਾਂਸਲਰ ਬਣਾਉਣ ਦਾ ਬਿੱਲ ਜਿਹੜਾ ਸੁਪਰੀਮ ਕੋਰਟ ਨੇ ਰੱਦ ਕੀਤਾ, ਪੰਜਾਬ ਸਰਕਾਰ ਦਾ ਇੱਕ ਬਿੱਲ ਸੀ ਸੀਐਮ ਨੂੰ ਯੂਨੀਵਰਸਿਟੀਜ਼ ਦਾ ਚਾਂਸਲਰ ਬਣਾਉਣ ਦੀ ਜਗ੍ਹਾ ਸੀਐਮ ਕੀਤਾ। ਨਹੀਂ ਦੇਖੋ, ਗੈਰ ਕਾਨੂੰਨੀ ਕੰਮ ਇੱਕ ਨਹੀਂ ਹੋ ਰਿਹਾ, ਬੜੇ ਹੋ ਰਹੇ ਆ। ਔਰ ਉਹ ਫੈਸਲੇ ਮੇਰੇ ਮਸਲੇ 'ਚ ਵੀ ਜਦੋਂ ਮੈਨੂੰ ਸੰਮਨ ਦਿੱਤੇ, ਤਾਂ ਫਿਰ ਭੱਜੇ ਕਿਉਂ ਭਾਈ ਕੋਰਟ 'ਚੋਂ? ਸੇਮ ਚੀਜ਼ ਸੁਪਰੀਮ ਕੋਰਟ 'ਚ ਹੈ। ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ, ਰੱਬ ਤੋਂ ਡਰ ਕੇ ਕਹਿੰਦਾ, ਲੋਕਾਂ ਤੋਂ ਡਰ ਕੇ ਕਹਿੰਦਾ, ਰੱਬ 'ਚ ਵਿਸ਼ਵਾਸ ਰੱਖ ਕੇ ਕਹਿੰਦਾ, ਕਾਨੂੰਨ 'ਚ ਵਿਸ਼ਵਾਸ ਰੱਖ ਕੇ ਕਹਿੰਦਾ ਕਿ ਜਿਵੇਂ ਹਾਈ ਆਨਰੇਬਲ ਹਾਈ ਕੋਰਟ ਦਾ ਆਰਡਰ ਆਇਆ ਸੀ, ਮੇਰੀ ਬੇਲ ਦਾ ਮੂੰਹ ਦੀ ਖਾਣੀ ਵੀ ਹੁਣ ਫਿਰ ਖਾਊਂਗੇ। ਜੇ ਗੱਲ 'ਚ ਇਹਨਾਂ 'ਚ ਦਮ ਹੁੰਦਾ, ਇਹਨਾਂ ਨੂੰ 6-6 ਸਿੱਟਾਂ ਬਦਲਣ ਦੀ ਲੋੜ ਨਹੀਂ ਪੈਂਦੀ ਭਾਈ, ਲੋੜ ਹੀ ਕੋਈ ਨਹੀਂ। ਮਗਰ ਹਾਂ, ਇਹ ਚਾਹੁੰਦਾ ਹੈ ਕਿ ਮੈਂ ਜੋ ਕਹਿ ਦਿਆਂ ਉਹ ਹੋਵੇ, ਫਿਰ ਤੂੰ ਆਪ ਐਸਆਈਟੀ ਦਾ ਹੈਡ ਲੱਗ ਜਾਏ। ਔਰ ਕਮਾਲ ਦੀ ਅਗਲੀ ਗੱਲ ਸੁਣੋ ਤੁਸੀਂ, ਜਦ ਤੱਕ ਕੇਜਰੀਵਾਲ ਦੇ ਹੱਕ 'ਚ ਹਾਈਕੋਰਟ ਫੈਸਲਾ ਦੇਵੇ ਜਾਂ ਸੁਪਰੀਮ ਕੋਰਟ ਦੇਵੇ, ਉਹ ਅੰਦਰ ਵਾਲੇ ਬਹੁਤ ਵੱਡੀ ਜਿੱਤ ਹੋ ਗਈ। ਅਤੇ ਜੇ ਮਜੀਠੀਏ ਦੇ ਹੱਕ 'ਚ ਦੇਵੇ, ਫਿਰ ਚੋਰ ਮੋਰੀ ਲੱਭਣੀ ਸ਼ੁਰੂ ਕਰ ਦੇਣੇ, ਹੁਣ ਕਿਵੇਂ ਤੰਗ ਪਰੇਸ਼ਾਨ ਕਰੀਏ? ਪਾਵਰ ਕੱਟ ਤੋਂ ਲੋਕੀ ਪਰੇਸ਼ਾਨ ਹੋਏ ਸੀਗੇ, ਗੜਕੇ ਸਾਹਿਬ ਕੋਲੇ ਪ੍ਰੋਜੈਕਟ ਲੈਣ, ਪਿੱਛੇ ਮੀਟਿੰਗ ਹੋਈ 3-4 ਦਿਨ ਪਹਿਲਾਂ, ਉਹਨਾਂ ਨੇ ਕਿਹਾ ਸੀ ਤੁਹਾਡੇ ਪਹਿਲੇ ਵੀ ਬੰਦ ਕਰਨ ਲੱਗੇ ਆ, ਅਸੀਂ ਤੁਹਾਨੂੰ ਨਵੇਂ ਪ੍ਰੇਡ ਕਿੱਥੋਂ ਦਈਏ? ਭਗਵੰਤ ਮਾਨ ਕਿਉਂ ਨਹੀਂ ਗਿਆ, ਤੁਹਾਨੂੰ ਪਤਾ ਜੀ? ਦੱਸੋ ਕਿਉਂ ਨਹੀਂ ਗਿਆ, ਦੱਸੋ। ਇਸ ਲਈ ਨਹੀਂ ਗਿਆ ਕਿਉਂਕਿ ਜੋ ਧੱਕੇਸ਼ਾਹੀ ਜੋ ਉਹਨਾਂ ਨੇ ਨੇਰਗੜ੍ਹ ਦੀ ਜਲੰਧਰ ਦੀ ਬਾਈ ਇਲੈਕਸ਼ਨ 'ਚ ਕੀਤੀ, ਉਹਦੀ ਜਿੱਤ ਦੀ ਖੁਸ਼ੀ 'ਚ ਇਹ 3 ਦਿਨ ਪੈਗ ਲਾ ਕੇ ਟੁੰਨ ਪਿਆ ਰਹੇ। ਮੈਂ ਤੁਹਾਨੂੰ ਅਸਲੀਤ ਗੱਲ ਦੱਸ ਰਿਹਾ, ਇਹ ਅੰਦਰਲੀ ਗੱਲ ਹੈ। ਤੁਹਾਨੂੰ ਡਾਕਟਰ ਗੁਰਪ੍ਰੀਤ ਕੌਰ ਤੋਂ ਸਿਵਾਏ ਜਾਂ ਉਹ ਜਿਹੜੇ 2 ਐਸ ਟੀ ਆ, ਰਾਜਵੀਰ ਅਤੇ ਸੁਖਵੀਰ ਤੋਂ ਸਿਵਾਏ ਕਿਸੇ ਨੇ ਨਹੀਂ ਦੱਸਣਾ। ਹਾਂ, ਜਾਂ ਸਦਮਾ ਸਾਹਿਬ ਦੱਸ ਸਕਦੇ, ਸਪੀਕਰ ਸਾਹਿਬ, ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਉਹ ਜਸ਼ਨ ਹੀ ਮਨਾਈ ਗਿਆ ਕਿ ਅਸੀਂ 22 ਇਲੈਕਸ਼ਨ ਜਿੱਤ ਗਏ। ਇਹ ਭੁੱਲ ਗਿਆ ਕਿ 13 'ਚੋਂ 13 ਜਿੱਤਣੀਆਂ ਸੀ, ਉਹ 'ਚੋਂ 3 ਹੀ ਰਹਿ ਗਈਆਂ, ਔਰ 10 ਹਾਰ ਗਏ ਸੀ। ਔਰ ਇਸੇ ਲਈ ਉਹ ਗਡਕਰੀ ਸਾਹਿਬ ਕੋਲ ਨਹੀਂ ਗਏ। ਔਰ ਗਡਕਰੀ ਸਾਹਿਬ ਨੇ ਜਿਹੜੇ ਦੇਸ਼ ਦੇ PWD ਜਾਂ ਰੋਡ ਇਨਫਰਾਸਟ੍ਰਕਚਰ ਜਾਂ ਹੋਰ ਇਨਫਰਾਸਟ੍ਰਕਚਰ ਦੇ ਮੰਤਰੀ ਆ, ਜੇ ਅੱਜ ਉਹ ਪ੍ਰੋਜੈਕਟ ਬੰਦ ਕਰ ਦੇਣਗੇ, ਭਗਵੰਤ ਮਾਨ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਉਹਨੇ ਤਾਂ ਹੈਲੀਕਾਪਟਰ ਰਾਹੀਂ ਚਲੇ ਜਾਣਾ। ਨੁਕਸਾਨ ਲੋਕਾਂ ਦਾ ਹੋਣਾ, ਨੁਕਸਾਨ ਪੰਜਾਬ ਦਾ ਹੋਣਾ, ਔਰ ਪੰਜਾਬ ਦੀ ਤਰੱਕੀ ਦਾ ਹੋਣਾ, ਕਿਉਂਕਿ ਰੋਡ ਇਨਫਰਾਸਟ੍ਰਕਚਰ, ਰੇਲ ਇਨਫਰਾਸਟ੍ਰਕਚਰ, ਏਅਰ ਇਨਫਰਾਸਟ੍ਰਕਚਰ, ਜੇ ਇਹ ਮਜ਼ਬੂਤ ਹੋਊਗਾ ਤਾਂ ਪੰਜਾਬ 'ਚ ਇਨਵੈਸਟਮੈਂਟ ਆਊਗੀ, ਨਹੀਂ ਤਾਂ ਨਹੀਂ ਆਊਗੀ।